ਉਹਦੇ ਲੈ ਗਿਆ, ਉਹਦੀ ਕੈਦ ਕਰ ਲਿਆ। ਔਰ ਇੰਨਾ ਰੂਪ ਤੇ ਮੋਹਿਤ ਹੋ ਗਿਆ ਵੀ ਉਹਨੇ ਇਹ ਗੱਲ ਸੋਚੀ ਵੀ ਮੈਂ ਹੁਣ ਇਹਦੇ ਨਾਲ ਨਿਕਾਹ ਕਰਨਾ, ਮੈਂ ਇਹਦੇ ਨਾਲ ਵਿਆਹ ਕਰਨਾ। ਉਹਨੂੰ ਵਿਆਹ ਵਾਸਤੇ ਸਮਝਾਉਣ ਲੱਗ ਪਿਆ। ਉਹਨੇ ਇਹ ਗੱਲ ਆਖੀ ਵੀ ਮੈਂ ਆ ਜਲੰਧਰ ਦਾ ਹਾਕਮ, ਮੈਂ ਆ ਸਰਕਾਰੀ ਬੰਦਾ। ਤੇ ਉਸ ਸਮੇਂ ਲੋਕਾਂ ਦੀ ਨਾ ਹਾਲਤ ਇੱਦਾਂ ਦੀ ਸੀ, ਹੁਣ ਦੇ ਸਮੇਂ ਨਹੀਂ ਆਉਂਦੀ ਸਿੱਧਾ ਹੀ ਮੱਥਾ ਲਾ ਲਓ ਕਿਸੇ ਨਾਲ ਬੰਦੇ ਇਕੱਠੇ ਕਰਕੇ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਸੀ। ਲੋਕ ਮਰ ਮਰ ਕੇ ਜਾਂਦੇ ਸੀ। ਤਾਂ ਮਹਾਰਾਜ ਨੇ ਮੁਰਦਿਆਂ ਵਿੱਚ ਰੂਹ ਫੂਕੀ ਆ ਅੰਮ੍ਰਿਤ ਛਕਾ ਕੇ। ਤੇ ਅੱਜ ਦੇ ਬੰਦਿਆਂ ਨੂੰ ਆਖੇ ਵੀ ਅੰਮ੍ਰਿਤ ਛਕਣਾ ਤੇ ਬਹਾਨੇ ਤੇ ਕਈ ਹੁੰਦੇ ਆ, ਅਜੇ ਮਹਾਰਾਜ ਦੀ ਕਿਰਪਾ ਨਹੀਂ ਹੋਈ, ਅਜੇ ਇਹ ਹੁਕਮ ਨਹੀਂ ਹੋਇਆ, ਅਜੇ ਅਸੀਂ ਰਹਿਤ ਨਹੀਂ ਰੱਖ ਸਕਦੇ। ਉਹ ਬੰਦੇ ਨੇ ਥੋੜੀ ਰਹਿਤ ਰੱਖਣੀ, ਬੰਦੇ ਨੇ ਥੋੜੀ ਰਹਿਤ ਰੱਖਣੀ, ਰਹਿਤ ਤੇ ਮਹਾਰਾਜ ਨੇ ਰਖਾਉਣੀ ਆ। ਜੋ ਆ ਬਚਨ ਹੁੰਦੇ ਨੇ ਸੁਖਦੇਵ ਸਾਹਿਬ ਦੀ ਪੰਕਤੀ ਦੇ, ਕਰਨ ਕਰਾਵਣ ਹਾਰ ਸੁਆਮੀ, ਇਹਦੇ ਵਿੱਚ ਦੋ ਸ਼ਬਦ ਆ ਕਰਨ ਕਰਾਵਣ। ਇਹਨਾਂ ਦੋਵਾਂ ਸ਼ਬਦਾਂ ਦੀ ਵਿਚਾਰ ਕਰੀਏ ਤੇ ਇਹ ਗੱਲ ਪਤਾ ਲੱਗਦਾ ਹੈ, ਪਹਿਲੀ ਗੱਲ ਕਰਨ ਮਤਲਬ ਕਰਨ ਵਾਲਾ, ਕਰਨਾ ਤੇ ਉਹਨੇ ਆ, ਅਸੀਂ ਥੋੜੀ ਕਰ ਸਕਦੇ ਹਾਂ, ਕਰਨਾ ਉਹਨੇ ਆ ਕਰਨ ਵਾਲਾ। ਤੇ ਕਰਾਵਣ ਹਾਰ ਮਤਲਬ ਉਹ ਕਰਵਾਉਣ ਵਾਲਾ ਆ। ਦੋਵੇਂ ਗੱਲਾਂ ਚ ਉਹਦੀ ਗੱਲ ਹੀ ਹੋਈ ਆ, ਸਾਡੀ ਗੱਲ ਕੋਈ ਨੀ ਹੋਈ। ਬਾਣੀ ਦੀ ਪੰਕਤੀ ਵਿੱਚ ਸਾਡੇ ਤੇ ਕੋਈ ਗੱਲ ਹੋਵੇ ਤਾਂ ਦੱਸੋ, ਇੱਕ ਗੱਲ ਮਹਾਰਾਜ ਨੇ ਜ਼ਰੂਰ ਕੀਤੀ ਆ, ਉਹ ਇੱਥੇ ਸਾਂਝੀ ਕੀਤੀ ਜਾਵੇ ਤੇ ਚੰਗੀ ਗੱਲ। ਇਹ ਗੱਲ ਹੋਈਆਂ ਦੋਵੇਂ ਮਹਾਰਾਜ ਦੀਆਂ, ਤੇ ਜਿਹੜੀ ਮਹਾਰਾਜ ਨੇ ਸਾਡੇ ਬਾਰੇ ਕੀਤੀ ਆ ਉਹ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਸਾਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਨੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਸਾਲ, ਮਹਾਰਾਜ ਸਾਨੂੰ ਵੀ ਕਹਿੰਦੇ ਆ ਕਰਨ ਨੂੰ, ਸਿਰਫ ਮਹਾਰਾਜ ਕਹਿੰਦੇ ਇੱਕ ਕਦਮ ਕੁੱਟ, ਫਿਰ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਨੇ। ਕੋਟ ਦਾ ਅਰਥ ਹੈ ਕਰੋੜ, ਹੁਣ ਇੱਕ ਤੇ ਕਰੋੜ ਵਿੱਚ ਕਿੰਨਾ ਫਰਕ ਹੈ। ਤੁਸੀਂ ਇੱਕ ਪੈਰ ਅੱਗੇ ਟੁੱਟਣਾ ਤੇ ਗੁਰੂ ਕਰੋੜਾਂ ਕਦਮ ਅੱਗੇ ਆ ਸਕਦਾ। ਜੇ ਗੁਰੂ ਕਰੋੜਾਂ ਕਦਮ ਅੱਗੇ ਆ ਸਕਦਾ ਤੁਹਾਨੂੰ ਮਿਲਣ ਵਾਸਤੇ, ਤੁਸੀਂ ਇੱਕ ਕਦਮ ਨਹੀਂ ਪੁੱਟ ਸਕਦੇ। ਬੰਦੇ ਦਾ ਰੁਟੀਨ ਕੀ ਆ, ਸੌਂ ਤੇ ਉੱਠਦਾ ਆ, ਨਹਾਉਂਦਾ ਧੋਂਦਾ ਆ, ਪ੍ਰਸ਼ਾਦਾ ਪਾਣੀ ਛੱਡਦਾ, ਕੰਮ ਤੇ ਚੱਲ ਜਾਂਦਾ, ਕੰਮ ਤੋਂ ਥੱਕਿਆ ਹਾਰਾ ਆਇਆ, ਜਾਂ ਟੀਵੀ ਵੇਖ ਲਿਆ ਜਾਂ ਫੋਨ ਵੇਖ ਲਿਆ, ਰੋਟੀ ਪਾਣੀ ਖਾ ਕੇ ਤੇ ਸੌਂ ਗਏ, ਰਾਤ ਸਾਰੀ ਸੁੱਤੇ ਰਹੇ, ਅਗਲੇ ਦਿਨ ਫਿਰ ਉਹੀ ਕੰਮ। ਬੰਦੇ ਦੇ ਸਾਰੀ ਜ਼ਿੰਦਗੀ ਚ ਕੰਮ ਨਹੀਂ ਮੁੱਕਦੇ ਗੁਰੂ ਖਾਲਸਾ ਜੀ, ਪਰ ਇੱਕ ਕਦਮ ਪੁੱਟਣ ਵਾਸਤੇ ਟਾਈਮ ਤੇ ਕੱਢਣਾ ਪੈਂਦਾ ਨਾ। ਮਹਾਰਾਜ ਨੇ ਤਾਂ ਆਖਿਆ ਵੀ ਬੰਦਿਆਂ ਤੋਂ ਇੱਕ ਕਦਮ ਪੁੱਟ, ਮਹਾਰਾਜ ਅੱਗੋਂ ਕਰੋੜਾਂ ਕਦਮ ਆਉਣਗੇ। ਇੰਨੀ ਕੁ ਗੱਲ ਸਾਡੀ ਆ ਵੀ ਇੱਕ ਕਦਮ ਨਹੀਂ ਪੁੱਟਿਆ ਜਾਂਦਾ, ਪਰ ਮਹਾਰਾਜ ਕਿਰਪਾ ਕਰਨ ਉਹ ਕਦਮ ਸਾਡੇ ਕੋਲੋਂ ਅੱਗੇ ਧੜਾ ਲੈਣ। ਤੇ ਜਿਹੜੀ ਗੱਲ ਮੈਂ ਕੀਤੀ ਸੀ ਕਿ ਮਹਾਰਾਜ ਕਰਨ ਵਾਲੇ ਤੇ ਕਰਾਉਣ ਵਾਲੇ ਆ, ਆਪਣੇ ਮਹਾਰਾਜ ਨੇ ਮਰਿਆਦਾ ਰਖਵਾ ਲੈਣੀ ਆ, ਤੁਸੀਂ ਇੱਕ ਵਾਰ ਉਹਦੇ ਬਣੋ ਤੇ ਸਹੀ। ਆਪਾਂ ਗੁਰੂ ਵਾਲੇ ਹੈ ਹੀ ਨਹੀਂ। ਆ ਪਹਿਲੋਂ ਕਮਿਸ਼ਨਾਂ ਨੇ ਇੱਕ ਬਚਨ ਕੀਤਾ ਸੀ, ਨਿਗੁਰੇ ਤਾਂ ਹੈ ਨਾ ਉਹ ਬੁਰਾ, ਜਿਹਦਾ ਕੋਈ ਗੁਰੂ ਨਹੀਂ ਉਹਦਾ ਨਾਂ ਲੈਣਾ ਵੀ ਬੁਰਾ ਹੈ। ਮਹਾਰਾਜ ਨੇ ਤੇ ਬੜੀਆਂ, ਫਿਰ ਜੇ ਰਹਿਤ ਮਰਿਆਦਾ ਦੀ ਗੱਲ ਗੁਰੂ ਖਾਲਸਾ ਜੀ ਆਪ ਜੀ ਕਰੋ, ਤੇ ਖਾਲਸਾ ਜੀ ਰਹਿਤ ਮਰਿਆਦਾ ਦੀ ਇੰਨੀ ਹੈ ਕਿ ਸਾਡੇ ਕੋਲ ਰੱਖੀ ਨਹੀਂ ਜਾਂਦੀ। ਜੇ ਆਪਣੀ ਗੱਲ ਹੀ ਕਰੀਏ ਨਾ ਕਿ ਸਾਡੇ ਕੋਲ ਮਰਿਆਦਾ ਵਿੱਚ ਨਹੀਂ ਰਿਹਾ ਜਾਂਦਾ, ਤੇ ਜਿੰਨੀ ਮਹਾਰਾਜ ਨੇ ਮਰਿਆਦਾ ਦਿੱਤੀ ਹੈ ਉਹਦੇ ਵਿੱਚ ਸੱਚੀ ਗੱਲ ਰਿਹਾ ਜਾਣਾ ਵੀ ਨਹੀਂ। ਮਹਾਰਾਜ ਕਹਿੰਦੇ ਆ ਮੋਨੇ ਬੰਦੇ ਦਾ, ਮੁੰਡੇ ਦਾ
ਉਹਦੇ ਨਾਲ ਵਰਤਣਾ ਨਹੀਂ, ਉਹਦੇ ਲਾਗੇ ਨਹੀਂ ਖਲੋਣਾ, ਉਹਦੇ ਨਾਲ ਗੱਲਾਂ ਨਹੀਂ ਕਰਨੀਆਂ, ਉਹਦੇ ਨਾਲ ਵਰਤਣਾ ਵੀ ਨਹੀਂ, ਗੱਲਾਂ ਨਹੀਂ ਕਰਨੀਆਂ, ਕੁਝ ਨਹੀਂ, ਉਹਦੇ ਨਾਲ ਸਾਂਝ ਹੀ ਕੋਈ ਨਹੀਂ ਰੱਖਣੀ। ਸਾਡੀ ਤੇ ਸਾਂਝ ਆ ਮੋਨਿਆਂ ਨਾਲ ਵੀ ਸਾਰਿਆਂ ਨੂੰ ਕਰਨਾ ਪੈਂਦਾ ਹੈ, ਸਾਨੂੰ ਨਹੀਂ ਪਈ। ਜਿਹੜੇ ਮੋਨੇ ਵੀਰ ਨੇ ਜਿਨ੍ਹਾਂ ਨੇ ਕੇਸ ਨਹੀਂ ਸਾਡਾ ਸਤਿਕਾਰ ਕਰਦੇ ਨੇ, ਹੁਣ ਅਸੀਂ ਉਹਨਾਂ ਨੂੰ ਮਾੜਾ ਤੇ ਕਹਿ ਨਹੀਂ ਸਕਦੇ, ਪਰ ਜਿਹੜੀ ਮਹਾਰਾਜ ਦੀ ਮਰਿਆਦਾ ਨੇ ਖਾਲਸਾ ਜੀ ਉਹਦੇ ਵਿੱਚ ਪੂਰੇ ਪੂਰਨ ਤੌਰ ਤੇ ਰਿਹਾ ਨਹੀਂ ਜਾਂਦਾ, ਉਹ ਮਹਾਰਾਜ ਨੂੰ ਹੁਣ ਤੇ ਤਾਂ ਰਿਹਾ ਜਾਂਦਾ, ਸਾਡੇ ਕੋਲੋਂ ਨਹੀਂ ਰਿਹਾ ਜਾਣਾ। ਇੱਕ ਹੋਰ ਸ਼ਬਦ ਮੈਂ ਬੇਨਤੀ ਕਰਨੀ ਚਾਹਾਂਗਾ, ਇਤਿਹਾਸ ਦੇ ਹੀ ਬਚਨ ਨੇ, ਕੁਝ ਸਿੱਖਿਆ ਦੇਣੀ ਹੈ, ਬੁਲਾਰਿਆਂ ਦਾ ਹੀ ਕੰਮ ਹੈ। ਆਪਾਂ ਆਪਣੇ ਨਿਆਣਿਆਂ ਨੂੰ ਮੁੰਡਾ ਕਹਿੰਦੇ ਹਾਂ, ਸਾਰੇ ਕਹਿੰਦੇ ਆ, ਪਰ ਕਿਸੇ ਨੂੰ ਪਤਾ ਹੀ ਕੋਈ ਨਹੀਂ ਵੀ ਮੁੰਡਾ ਕਹਿੰਦੇ ਕਿਹਨੂੰ ਆ। ਖਾਲਸਾ ਜੀ ਮੁੰਡਾ ਉਹਨੂੰ ਕਹਿੰਦੇ ਜਿਹਦਾ ਮੁੰਡਨ ਹੋਇਆ ਹੋਵੇ, ਜਿਹਦੇ ਕੇਸ ਕਤਲ ਹੋਏ ਹੋਣ, ਜਿਹਦੇ ਵਾਲ ਕੱਟੇ ਹੋਣ, ਉਹਨੂੰ ਕਹਿੰਦੇ ਮੁੰਡਾ, ਉਹਦਾ ਮੁੰਡਨ ਹੋਇਆ ਹੁੰਦਾ। ਅੱਜ ਕੱਲ ਦਸਤਾਰਾਂ ਸਿਰ ਤੇ ਸਜੀਆਂ ਹੋਣ, ਕੇਸ ਸਾਬਤ ਸੁਰਤ ਹੋਣ, ਤਾਂ ਵੀ ਆਪਾਂ ਆਪਣੇ ਨਿਆਣਿਆਂ ਨੂੰ ਮੁੰਡਾ ਕਹਿੰਦੇ। ਉਹ ਬੇਅਦਬੀ ਆ ਗੁਰੂ ਦੇ ਸਿੰਘ ਦੀ, ਗੁਰੂ ਦੇ ਸਿੰਘ ਨੂੰ ਜਾਂ ਨਿਹੰਗ ਸਿੰਘ ਕਹੋ ਜਾਂ ਭਟੰਗੀ ਕਹੋ, ਛੋਟੇ ਨੂੰ ਭਟੰਗੀ ਕਹਿੰਦੇ, ਵੱਡੇ ਨੂੰ ਨਿਹੰਗ ਸਿੰਘ ਕਹਿੰਦੇ ਆ, ਜਾਂ ਸਿੰਘ ਕਹਿ ਲਓ ਜਾਂ ਪੁੱਤ ਕਹਿ ਲਓ, ਪਰ ਮੁੰਡਾ ਨਾ ਕਹੋ। ਇਹ ਨਿਹੰਗ ਸਿੰਘਾਂ ਦੀ ਗੱਲ ਹੁੰਦੀ ਸੀ, ਉਹ ਜਿਹੜੇ ਸਮੇਂ ਦੀ ਮੈਂ ਗੱਲ ਕਰਦਾ ਨਾ, ਜੰਗਲਾਂ ਵਿੱਚ ਰਹਿੰਦੇ ਸੀ ਨਿਹੰਗ ਸਿੰਘ, ਜਦੋਂ ਬਿੱਟਾ ਜਾਂਦੇ ਸੀ ਕੋਈ ਮੁੰਡਾ ਕਹਿ ਦੇਵੇ ਨਿਹੰਗ ਸਿੰਘ ਦੇ ਪੁੱਤ ਨੂੰ, ਉਸੇ ਵੇਲੇ ਗੱਲ ਪੈ ਜਾਂਦਾ ਸੀ, ਕਹਿੰਦਾ ਤੂੰ ਮੇਰੇ ਪੁੱਤ ਨੂੰ ਮੁੰਡਾ ਕਿਹਾ ਤੇ ਕਿਹਾ ਕਿਉਂ, ਮੇਰਾ ਪੋਤਿਆ ਭਟੰਗੀ ਸਿੰਘ ਉਹਨੇ ਸਾਬਤ ਸੂਰਤ ਕੇਸ ਨੇ, ਉਹਦਾ ਮੁੰਡਾ ਕਿੱਥੇ ਦਿਖਦਾ ਤੈਨੂੰ। ਨਿਹੰਗ ਸਿੰਘ ਇਹ ਗੱਲ ਦੇ ਨਾਲ ਕਹਿੰਦੇ ਸੀ, ਮਰਿਆਦਾ ਤੇ ਉਹ ਹੈ। ਪਰ ਖਾਲਸਾ ਜੀ ਮੈਂ ਬੇਨਤੀ ਕਰਨੀ ਚਾਹਾਂਗਾ, ਗੁਰੂ ਵਾਲੇ ਬਣੋ। ਆ ਗੁਰੂ ਦੇ ਸਿੰਘਾਂ ਦੀਆਂ ਗਾਥਾਵਾਂ ਜਿਹੜੀਆਂ ਇੱਥੇ ਸੁਣਾਈਆਂ ਜਾਂਦੀਆਂ ਨੇ, ਉਹਨਾਂ ਦੀਆਂ ਕਹਾਣੀਆਂ ਇੱਥੇ ਸੁਣਾਈਆਂ ਜਾਂਦੀਆਂ, ਉਹਨਾਂ ਕੋਲੋਂ ਸੁਣ ਕੇ ਸਿੱਖੋ ਵੀ ਉਹ ਕਿੱਦਾਂ ਦੇ ਸੀ। ਹੁਣ ਬਲਵੰਤ ਸਿੰਘ ਦੀ ਗੱਲ ਮੈਂ ਆਪ ਜੀ ਦੇ ਸਾਹਮਣੇ ਸਾਂਝੀ ਕਰ ਰਿਹਾ।